ਅੱਜ ਪਿੰਡ ਵਡਾਲਾ ਫਤਿਹਗੜ੍ਹ ਚੂੜੀਆਂ ਰੋਡ ਵਿਖੇ ਚੜ੍ਹਦੀ ਕਲਾ ਮਜ਼ਦੂਰ ਟਰੇਡ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ, ਜਿਸ ਵਿੱਚ ਰਾਜਵਿੰਦਰ ਕੌਰ ਨੂੰ ਦਿਹਾਤੀ ਜ਼ਿਲ੍ਹੇ ਦਾ ਕੌਮੀ ਚੇਅਰਮੈਨ ਦਾ ਅਹੁਦਾ ਨਿਵਾਜ਼ਿਆ ਗਿਆ, ਜਿਸ ਵਿੱਚ ਮਜ਼ਦੂਰ ਵਰਗ ਭਾਰੀ ਗਿਣਤੀ ਵਿੱਚ ਇਕੱਤਰਿਤ ਹੋਏ ਅਤੇ ਆਪਣੀਆਂ ਮੁਸ਼ਕਲਾਂ ਪ੍ਰਧਾਨ ਜੀ ਨੂੰ ਦੱਸੀਆਂ। ਪ੍ਰਧਾਨ ਸਰਦਾਰ ਸੁਵਿੰਦਰ ਸਿੰਘ ਬਲ ਅਤੇ ਮੈਂਬਰ ਸਾਹਿਬਾਨ ਨੇ ਮੁਸ਼ਕਲਾਂ ਸੁਣੀਆਂ ਅਤੇ ਕੁਝ ਮੁਸ਼ਕਲਾਂ ਦਾ ਮੌਕੇ 'ਤੇ ਹੀ ਹੱਲ ਕੀਤਾ। ਇਸ ਮੀਟਿੰਗ ਵਿੱਚ ਪੰਜਾਬ ਪ੍ਰਧਾਨ ਸਰਦਾਰ ਸੁਵਿੰਦਰ ਸਿੰਘ ਅਤੇ ਮੈਂਬਰ ਸਾਹਿਬਾਨ ਅਤੇ ਯੂਨੀਅਨ ਦੇ ਵਰਕਰ ਵੀ ਮੌਜੂਦ ਸਨ। ਖਬਰ ਅੱਜ ਤੱਕ ਤੋਂ ਮਧੂ ਰਾਜਪੂਤ ਦੀ ਖਾਸ ਰਿਪੋਰਟ। ਸਾਡੇ ਵੀਰ ਮਜ਼ਦੂਰਾਂ ਦੇ ਹਿੱਤਾਂ ਦੀ ਗੱਲ ਕਰਨਗੇ ਅਤੇ ਉਹਨਾਂ ਨੂੰ ਮਿਲਦੀਆਂ ਕਈ ਸਹੂਲਤਾਂ ਬਾਰੇ ਜਾਗਰੂਕ ਕਰਵਾਉਣਗੇ। ਅਤੇ ਵੱਡੇ ਵੀਰ ਜੀ ਵਜਨ ਕਰ ਰਹੇ ਸੀ, ਆਪਾਂ ਜਿੱਦਾਂ ਦੀ ਸਾਡੀ ਲੈਣ ਉੱਦਾਂ ਦਾ ਵਜਨ ਕਰਾਂਗੇ। ਵੀਰ ਜੀ ਨੇ ਗੁਰਬਾਣੀ ਦਾ ਵਜਨ ਕੀਤਾ ਸੀਗਾ, ਗੁਰਬਾਣੀ ਦੇ ਵਿੱਚ ਤਾਂ ਬਹੁਤ ਕੁਛ ਲਿਖਿਆ, ਪਰ ਜਾਣਾਂਗੇ ਕਦੋਂ? ਜਦੋਂ ਪੜ੍ਹਾਂਗੇ, ਜਦੋਂ ਗੁਰਬਾਣੀ ਨਾਲ ਜੁੜਾਂਗੇ। ਰਾਗ ਭੈਰੋ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਵਚਨ ਕੀਤਾ, ਜਾਤ ਦੀ ਗੱਲ ਗੁਰੂ ਅਮਰਦਾਸ ਕਹਿੰਦੇ ਨੇ ਕਿ ਜਾਤ ਕਾ ਗਰਭ ਨਾ ਕਰਿਓ ਕੋਈ, ਬ੍ਰਹਮ ਬਿੰਦੈ ਸੋ ਬ੍ਰਹਮਣ ਹੋਈ, ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚੱਲੇ ਬਹੁਤ ਵਕਾਰਾ। ਇਹ ਮੈਂ ਕੰਧ ਚ ਕਸੂਰ ਦਾਣ ਤੇ ਮੇਰੀ ਇਹ ਉਂਗਲ ਦਾ ਨੁਕਸਾਨ ਹੈ, ਔਰ ਜੇ ਮੈਂ ਇਕੱਠੀਆਂ ਕਰਕੇ ਮਾਰਦਾ ਤੇ ਹੋ ਸਕਦਾ ਉਸ ਚੀਜ਼ ਦਾ ਨੁਕਸਾਨ ਹੋ ਜਾਏ। ਕਿਹਦਾ ਆਮ ਪਾਰਟੀ ਵੱਲੋਂ ਕੋਆਰਡੀਨੇਟਰਾਂ ਦੀ, ਬਾਕੀ ਮੈਨੂੰ ਜਦੋਂ ਮੈਂ ਕੋਈ ਪਾਰਟੀ ਦੇ ਵਿੱਚ ਜਿਹਦੇ ਵੀ ਹੈਗਾ ਅਕਾਲੀ ਕਾਂਗਰਸ ਦੇ ਹਾਂ, ਪਰ ਮੈਂ ਵੇਂਦਾ ਕਿੱਧਰ ਹਾਂ ਤੁਹਾਡੇ ਵੱਲ, ਚਾਹੇ ਮੈਂ ਕਾਂਗਰਸੀ ਦੀ ਹਾਂ ਮੈਂ ਤੁਹਾਡੇ ਵੱਲ ਵੇਂਦਾ ਹਾਂ, ਜੇ ਮੈਂ ਕਾਂਗਰਸੀ ਵੀ ਹਾਂ ਮੈਂ ਤਾਂ ਵੀ ਤੁਹਾਡੇ ਵੱਲ ਵੇਂਦਾ ਹਾਂ, ਜੇ ਮੈਂ ਆਪ ਦੇ ਵਿੱਚ ਹਾਂ ਮੈਂ ਤਾਂ ਵੀ ਤੁਹਾਡੇ ਵੱਲ ਵੇਂਦਾ ਹਾਂ, ਪਰ ਮੈਨੂੰ ਕੁਝ ਨਹੀਂ ਦਿਖਿਆ, ਨਾ ਮੈਨੂੰ ਦਿਖਣਾ, ਜੇ ਮੈਨੂੰ ਕਿਉਂ ਨਹੀਂ ਦਿਖਣਾ, ਮੇਰਾ ਸਾਥ ਨਹੀਂ ਆ, ਮੇਰੇ ਬਾਲ ਹੈਗਾ, ਪਰ ਮੈਨੂੰ ਜਿੱਥੇ ਜਾ ਰਿਹਾ ਭਰਾਵਾਂ ਦੀ ਜ਼ਰੂਰਤ ਆ, ਉਹ ਜ਼ਰੂਰਤਾਂ ਪੂਰੀਆਂ ਹੋਈਆਂ। ਔਰ ਮੁੜ ਕੇ ਪਿਆਰਿਓ, ਮੀਟਿੰਗਾਂ ਤਾਂ ਚਲੋ ਬਹੁਤ ਕੀਤੀਆਂ ਨੇ, ਲੇਕਿਨ ਇਸ ਨਗਰ ਦੇ ਵਿੱਚ ਆਪ ਜੀ ਦੇ ਦਰਸ਼ਨ ਇਸ ਰੂਪ ਦੇ ਵਿੱਚ ਪਹਿਲੀ ਵਾਰੀ ਦਾਸ ਨੇ ਕੀਤੇ ਨੇ। ਔਰ ਦਾਸ ਦਾ ਨਾਮ ਪ੍ਰੇਮ ਸਿੰਘ ਹੈ ਔਰ ਪਿੰਡ ਮੇਰਾ ਬਲ ਚੰਦਰ ਹੈ, ਅਜਨਾਲਾ ਰੋਡ 'ਤੇ ਏਅਰਪੋਰਟ ਦੇ ਕੋਲ। ਇੱਥੇ ਆਉਣ ਦਾ ਮਕਸਦ ਸਾਡਾ ਕੀ ਹੈ ਕਿ ਜਿਸ ਤਰ੍ਹਾਂ ਹੁਣੇ ਪ੍ਰਧਾਨ ਜੀ ਦੱਸ ਰਹੇ ਸਨ, ਇੱਕ ਇੰਜੈਂਪਲ ਦੇ ਤੌਰ 'ਤੇ ਮੈਂ ਤੁਹਾਨੂੰ ਦੱਸਦਾ ਕਿ ਚਾਰ ਇਨਸਾਨ ਹੁੰਦੇ ਨੇ, ਉਹ ਚਲੇ ਜਾਂਦੇ ਨੇ ਤਾਜ ਮਹਿਲ ਵੇਖਣ। ਇੱਕ ਇਨਸਾਨ ਦੇਖਦਾ ਤਾਜ ਮਹਿਲ ਵੱਲ, ਦੇਖਦਾ ਹੈ ਕਿ ਬਈ ਉਹ ਜਿਹੜਾ ਪੱਥਰ ਹੈ
ਉਹ ਬੜਾ ਸੋਹਣਾ ਲੱਗ ਰਿਹਾ ਹੈ, ਉਹ ਸਭ ਤੋਂ ਸੋਹਣਾ ਹੈ। ਦੂਜਾ ਇਨਸਾਨ ਕਹਿੰਦਾ ਦੂਸਰੀ ਸਾਈਡ 'ਤੇ ਵੇਖ ਕੇ ਕਹਿੰਦਾ ਨਹੀਂ, ਉਹ ਜਿਹੜਾ ਪੱਥਰ ਉਸ ਸਾਈਡ 'ਤੇ ਲੱਗਾ ਹੈ, ਨੁੱਕਰ 'ਤੇ ਲੱਗਾ ਹੈ, ਉਹ ਸਭ ਤੋਂ ਸੋਹਣਾ ਹੈ। ਤੀਜਾ ਇਨਸਾਨ ਉੱਪਰ ਵੱਲ ਦੇਖ ਕੇ ਕਹਿੰਦਾ ਨਹੀਂ, ਉਹ ਜਿਹੜਾ ਸਭ ਤੋਂ ਉੱਪਰ ਲੱਗਾ ਹੈ ਨਾ, ਉਹ ਸਭ ਤੋਂ ਕੀਮਤੀ ਪੱਥਰ ਹੈ, ਇਹ ਸਭ ਤੋਂ ਵਧੀਆ ਪੱਥਰ ਹੈ। ਜਿਹੜਾ ਚੌਥਾ ਇਨਸਾਨ ਉਹਨੂੰ ਕਹਿੰਦਾ ਵੀ ਤੂੰ ਵੀ ਦੱਸ ਕਿਹੜਾ ਪੱਥਰ ਤੈਨੂੰ ਚੰਗਾ ਲੱਗ ਰਿਹਾ, ਕਿਹੜਾ ਕੀਮਤੀ ਹੈ, ਅਸੀਂ ਤਾਂ ਦੱਸਿਆ ਹੈ। ਉਹ ਕਹਿੰਦਾ ਸਭ ਤੋਂ ਮਹਿੰਗਾ ਅਤੇ ਸਭ ਤੋਂ ਵਧੀਆ ਕੀਮਤੀ ਪੱਥਰ ਉਹ ਹੈ ਜੋ ਨੀਂਹ ਦੇ ਵਿੱਚ ਲੱਗਾ ਹੈ। ਕਿਉਂ ਬਈ ਉਹ ਕਿਉਂ ਕੀਮਤੀ ਹੈ? ਕਿਉਂਕਿ ਕੀਮਤੀ ਪੱਥਰ ਉਹੀ ਹੁੰਦਾ ਜਿਹਦੇ ਉੱਪਰ ਉਹ ਤਾਜ ਮਹਿਲ ਕੋਈ ਵੀ ਬਿਲਡਿੰਗ ਹੈ ਉਹ ਖੜ੍ਹੀ ਹੁੰਦੀ ਹੈ। ਜੇ ਨੀਂਹ ਨਹੀਂ ਹੈਗੀ, ਪਿਆਰੀ ਸਾਧ ਸੰਗਤ ਕਿਰਪਾ ਕਰੋ ਕਿ ਉਹ ਜਿਹੜਾ ਮਹਿਲ ਆ ਭਾਵੇਂ ਉਸਦੇ ਉੱਪਰ ਸੋਨਾ ਜੜਿਆ ਹੋਇਆ ਹੈ, ਹੀਰਿਆਂ ਦੇ ਨਾਲ ਜੜਿਆ ਹੋਇਆ ਹੈ, ਜੇ ਉਸਦੀ ਨੀਂਹ ਨਹੀਂ ਹੈ ਤਾਂ ਉਹ ਮਿੱਟੀ ਹੈ। ਆਓ ਆਪਣੀ ਰਚਨਾ ਨੂੰ ਪਵਿੱਤਰ ਕਰੀਏ, ਗੱਜ ਕੇ ਫਤਿਹ ਬੁਲਾਵਾਂਗੇ। ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ, ਕਿਉਂਕਿ ਜਿਸ ਦੀ ਜ਼ਬਾਨ ਤੇ ਫਤਿਹ, ਉਸ ਦੀ ਮੈਦਾਨ ਵਿੱਚ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਇਸ ਦਿਨ ਪਿੰਡਾਂ ਦੇ ਵਿੱਚ ਆਪਣੇ ਸਾਥੀਆਂ ਦੇ ਕੋਲ ਜਾ ਕੇ ਉਹਨਾਂ ਨੂੰ ਇਹ ਗੱਲ ਦੱਸਣ ਦਾ ਦਿਨ ਮਿਥਿਆ ਹੋਇਆ ਹੈ ਔਰ ਕਾਫੀ ਸਮੇਂ ਤੋਂ ਆਪਾਂ ਇਕੱਠੇ ਹੁੰਦੇ ਆ ਰਹੇ ਹਾਂ। ਪਹਿਲੇ ਪਿੰਡ ਬਲਕਲਾਂ ਦੇ ਵਿੱਚ ਹੀ ਮੀਟਿੰਗ ਹੁੰਦੀ ਰਹੀ, ਕਾਫੀ ਮੇਰੇ ਵੀਰ ਉੱਥੇ ਹੀ ਆ ਕੇ ਮੀਟਿੰਗ ਦੇ ਵਿੱਚ ਹਿੱਸਾ ਲੈਂਦੇ ਰਹੇ ਔਰ ਹੁਣ ਅਸੀਂ ਇੱਦਾਂ ਪਿੰਡਾਂ ਦੇ ਵਿੱਚ ਇਲਾਕੇ 'ਚ ਜਾ ਕੇ ਪਿੰਡ ਇਹ ਮੀਟਿੰਗਾਂ ਰੱਖੀਆਂ ਹਨ। ਇਹ ਮੀਟਿੰਗ ਦਾ ਕੀ ਮਕਸਦ ਹੈ ਮੇਰੇ ਵੀਰੋ? ਕਿਉਂਕਿ ਜਿਹੜਾ ਸਾਡੇ ਗਰੀਬ ਮਜ਼ਦੂਰ ਵਰਗ ਦੇ ਨਾਲ ਧੱਕਾ ਹੁੰਦਾ ਹੈ, ਨਿਆਂ ਹੁੰਦਾ ਹੈ ਜਾਂ ਅਨਿਆਂ ਹੁੰਦਾ ਹੈ ਅਤੇ ਸਾਡੇ ਉੱਤੇ ਝੂਠੇ ਥਾਣਿਆਂ ਦੇ ਵਿੱਚ ਪਰਚੇ ਵੀ ਕਰਾਏ ਜਾਂਦੇ ਹਨ ਔਰ ਜੇ ਆਪਾਂ ਸਾਰੇ ਹੀ ਇੱਕਜੁੱਠ ਹੋ ਕੇ ਇਸ ਯੂਨੀਅਨ ਦੇ ਮੈਂਬਰ ਬਣੀਏ। ਚੜ੍ਹਦੀ ਕਲਾ ਮਜ਼ਦੂਰ ਟਰੇਡ ਯੂਨੀਅਨ ਪੰਜਾਬ ਵੱਲੋਂ ਅੱਜ ਪਿੰਡ ਵਡਾਲਾ ਦੇ ਮੀਠੀ ਗਈ ਵਿੱਚ ਅਸੀਂ ਰਾਜਵਿੰਦਰ ਕੌਰ ਨੂੰ ਕੌਮੀ ਚੇਅਰਮੈਨ ਜ਼ਿਲ੍ਹੇ ਦੀ ਆਇਆ। ਕਿਉਂ ਜਿਹੜੀ ਕੌਮੀ ਚੇਅਰਮੈਨ ਆ ਉਹ ਸਾਰਾ ਹੀ ਆਪਣਾ ਪ੍ਰਬੰਧ ਜਿਹੜਾ ਸੰਭਾਲੇਗੀ ਅਤੇ ਆਪਣੇ ਅਹੁਦੇ ਦਾ ਬਿਲਕੁਲ ਇਸਤੇਮਾਲ ਜਿਹੜਾ ਠੀਕ ਕਰੇਗੀ। ਕਿਉਂ ਜਿਵੇਂ ਯੂਨੀਅਨ ਦਾ ਆਦੇਸ਼ ਹੁੰਦੇ ਆ ਅਤੇ ਉਸ ਹੀ ਮੁਤਾਬਕ ਉਹ ਚੱਲੇਗੀ। ਜਿਸ ਤਰ੍ਹਾਂ ਵੀ ਯੂਨੀਅਨ ਦੇ ਸਾਰੇ ਆਪਣੇ ਮੈਂਬਰ ਚੱਲ ਰਹੇ ਨੇ। ਬਾਕੀ ਵੇਖੋ ਸਾਡੀਆਂ ਜਿਹੜੀਆਂ ਮੁਸ਼ਕਲਾਂ ਨੇ, ਮੁਸ਼ਕਲਾਂ ਅਸੀਂ ਬਹੁਤ ਲੰਮੇ ਸਮੇਂ ਤੋਂ ਦੱਸਦੇ ਆਉਂਦੇ ਹਾਂ ਕਿ ਜਿਸ ਤਰ੍ਹਾਂ ਸਾਡੀ ਲਾਲ ਲਕੀਰ ਤੋਂ ਅੰਦਰ ਮਕਾਨ ਆ ਕਿ ਇਹ ਜਿਹੜੇ ਇਹਨਾਂ ਦੀਆਂ ਰਜਿਸਟਰੀਆਂ ਜਿਹੜੀਆਂ ਮੁਕਤ ਹੋਣੀਆਂ ਚਾਹੀਦੀਆਂ ਨੇ। ਕਿਉਂ ਇਹ ਜਦੋਂ ਚੰਨੀ ਸਾਹਿਬ ਬਣੇ ਸੀਗੇ ਉਹਨਾਂ ਨੇ ਬੋਲਿਆ ਸੀ ਕਿ ਆਪਾਂ ਮੁਕਤ ਜਿਹੜੀਆਂ ਰਜਿਸਟਰੀਆਂ ਕਰਕੇ ਦੇਵਾਂਗੇ, ਪਰ ਉਸ ਤੋਂ ਬਾਅਦ ਚਲੋ ਕਿਸੇ ਕਾਰਨ ਨਹੀਂ ਬਣੇ, ਪਰ ਇਹਨਾਂ ਨੇ ਕੋਈ ਵੀ ਧਿਆਨ ਨਹੀਂ ਦਿੱਤਾ। ਇਹਨਾਂ ਨੂੰ ਚਾਹੀਦਾ ਕਿ ਮੁਕਤ ਸਾਨੂੰ ਰਜਿਸਟਰੀਆਂ ਕਰਕੇ ਦੇਣ। ਅਗਰ ਅਸੀਂ ਵਾਰ ਵਾਰ ਇਹਨਾਂ ਨੂੰ ਬੇਨਤੀਆਂ ਕਰਦੇ ਹਾਂ ਕਿ ਇੱਕ ਜਿਹੜਾ ਸਾਡੇ ਮਜ਼ਦੂਰ ਵਰਗ ਆ ਇਹਨਾਂ ਦੀ ਦਿਹਾੜੀ ਜਿਹੜੀ ਆ ਇਹ ਵੱਧ ਤੋਂ ਵੱਧ ਜਿਸ ਤਰ੍ਹਾਂ 600 ਰੁਪਈਆ ਕੀਤੀ ਜਾਵੇ, ਇਹ ਵੀ ਡੀਸੀ ਇੱਕ ਸਾਨੂੰ ਲਿਖਤੀ ਦੇਵੇ ਕਿ ਜਿਸ ਤਰ੍ਹਾਂ ਆਪਣਾ ਮਿਸਤਰੀ ਵੀਰ ਆ ਇਹਨਾਂ ਦੀ 800 ਰੁਪਈਆ ਦਿਹਾੜੀ ਜਿਹੜੀ ਆ ਲਿਖਤੀ ਜਿਹੜੀ ਆ ਹੋਣੀ ਚਾਹੀਦੀ ਆ। ਅਤੇ ਆਪਾਂ ਵੇਖੋ ਆਪਣੀ ਮਜ਼ਦੂਰ ਯੂਨੀਅਨ ਵੱਲੋਂ
ਵੇਖੋ ਜਿਹੜਾ ਸੰਘਰਸ਼ ਸੀ ਜਿਹੜਾ ਤੇਜ਼ ਕਰਾਂਗੇ ਜਾਂ ਸਾਡੀ ਗੱਲ ਵੱਲ ਉਹ ਨਹੀਂ ਧਿਆਨ ਦਿੰਦੇ ਅਤੇ ਆਪਾਂ ਜਿਹੜਾ ਸੰਘਰਸ਼ ਆਪਣਾ ਤੇਜ਼ ਕਰਾਂਗੇ। ਜਿਵੇਂ ਕਿ ਕਾਫੀ ਲੰਬੇ ਸਮੇਂ ਤੋਂ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਨਹੀਂ ਹੋਇਆ ਅਤੇ ਆਉਣ ਵਾਲੇ ਚੁਣਾਵਾਂ ਬਾਰੇ ਤੁਸੀਂ ਕੀ ਕਹੋ? ਵੇਖੋ ਜਿਸ ਤਰ੍ਹਾਂ ਅਸੀਂ ਦੱਸਦੇ ਆਉਂਦੇ ਹਾਂ ਵੀ ਸਾਡੀਆਂ ਜਿਹੜੀਆਂ ਮਜ਼ਦੂਰ ਵਰਗ ਆ ਇਹ ਬਹੁਤ ਪਛੜਿਆ ਹੋਇਆ ਲੋਕ ਆ ਕਿ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਜਾਂ ਸਾਡੀਆਂ ਮੁਸ਼ਕਲਾਂ ਵੱਲ ਧਿਆਨ ਸਰਕਾਰ ਨਹੀਂ ਦਿੰਦੀ ਅਤੇ ਅਸੀਂ ਆਪਣਾ ਸੰਘਰਸ਼ ਜਿਹੜਾ ਬਿਲਕੁਲ ਤੇਜ਼ ਕਰਾਂਗੇ ਅਤੇ ਸੜਕਾਂ ਦੇ ਉੱਤੇ ਆਣ ਕੇ ਅਤੇ ਮੁਜ਼ਾਹਰੇ ਕਰਾਂਗੇ। ਜਿਵੇਂ ਕਿ ਜ਼ਿਲ੍ਹਾ ਅੰਮ੍ਰਿਤਸਰ ਦੀ ਚੇਅਰਮੈਨ ਵੀਰ ਜੀ ਨਾਲ ਕੌਮੀ ਚੇਅਰਮੈਨ ਵੀਰ ਜੀ ਨੂੰ ਬਦੌਲਤ ਬਣਾਇਆ ਗਿਆ ਵਾ, ਮੈਂ ਬਿਲਕੁਲ ਇਹਨਾਂ ਦੇ ਸਾਥ ਹਾਂ, ਜੋ ਵੀ ਕਹਿਣਗੇ ਜਿੱਦਾਂ ਵੀ ਕਹਿਣਗੇ ਮਤਲਬ ਇਹਨਾਂ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਬਸ ਬਹੁਤ।